ਸਾਹਿਬ ਵਿੱਚ ਬਚਨ ਕਿਹਾ ਧਿਆਨ ਦੇਣਾ। ਗੁਰਮੁਖਾਂ ਦਾ ਧਿਆਨ ਕਿੱਧਰ ਹੁੰਦਾ? ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਗੁਰਮੁਖਾਂ ਦਾ ਕੇਵਲ ਇੱਕ ਗੁਰੂ ਪਰਮੇਸ਼ਵਰ ਨਾਲ ਹੀ ਧਿਆਨ। ਕੀ ਹੁੰਦਾ ਆਸੇ ਪਾਸੇ, ਕੀ ਹੁੰਦਾ ਅੱਗੇ ਪਿੱਛੇ, ਇਸ ਦਾ ਖਿਆਲ ਨਹੀਂ ਕਰਦਾ। ਇੱਕ ਬੇਨਤੀ ਕਰਾਂ, ਜਦੋਂ ਧਿਆਨ ਵਿੱਚ ਹਰ ਵੇਲੇ ਗੁਰੂ ਰੱਬ ਬਾਣੀ ਸੰਗਤ ਤੇ ਗੁਰਦੁਆਰਾ ਗੁਰੂ ਘਰ ਰਹਿਣ ਲੱਗ ਪਏ, ਸਮਝ ਲੈਣਾ ਕੋਈ ਚੰਗੇ ਭਾਗ ਨੇ। ਜਦੋਂ ਖਿਆਲ ਵਿੱਚ ਇਹ ਗੱਲ ਆਉਣੀ ਰਹਿਣੀ ਸ਼ੁਰੂ ਹੋ ਜਾਏ, ਜੇ ਕਿਧਰੇ ਇੱਕ ਗੱਲ ਹੋਰ ਬੇਨਤੀ ਕਰਦੇ, ਜੇ ਕਿਧਰੇ ਮਨ ਸੰਗਤ ਵਿੱਚ ਨਹੀਂ ਵੀ ਗਿਆ ਬੰਦਾ, ਤੇ ਬਾਅਦ ਵਿੱਚ ਮੰਨ ਲਓ ਕੋਈ ਕਾਰਨ ਬਣ ਗਿਆ ਨਹੀਂ ਜਾ ਸਕਿਆ, ਤੇ ਬਾਅਦ ਵਿੱਚ ਕੋਸਦਾ ਆਪਣੇ ਆਪ, ਬਾਅਦ ਵਿੱਚ ਕਹਿੰਦਾ ਮੈਂ ਟਾਈਮ ਕਿਉਂ ਗਵਾ ਲਿਆ, ਮੈਂ ਕਿਉਂ ਨਾ ਜਾ ਸਕਿਆ, ਬੜੀ ਵੱਡੀ ਗਲਤੀ ਹੋ ਗਈ। ਮੈਂ ਬੇਨਤੀ ਕਰਾਂ, ਇਹ ਵੀ ਚੰਗੇ ਭਾਗਾਂ ਦੀ ਨਿਸ਼ਾਨੀ ਹੈ, ਉਹਨੂੰ ਅਹਿਸਾਸ ਤਾਂ ਹੋ ਰਿਹਾ। ਜਿਹਨੂੰ ਇਹ ਇਸ ਗੱਲ ਦਾ ਝੋਰਾ ਵੀ ਲੱਗ ਜਾਏ, ਉਹ ਮੈਂ ਰੱਬ ਗਵਾ ਲਿਆ। ਮੈਂ ਸਮਝਣਾ ਸ਼ਾਇਦ ਕਿਧਰੇ ਨਾ ਕਿਧਰੇ ਉਹਦੇ ਮਨ ਦੀ ਨੁੱਕਰ ਵਿੱਚ ਕੋਈ ਰੱਬ ਦਾ ਪਿਆਰ ਤੇ ਪਿਆ ਹੀ ਹੋਏ। ਅੱਗੇ ਆਪਣੇ ਆਪ ਨੂੰ ਸਵਾਰੇਗਾ, ਠੀਕ ਹੋ ਜਾਏ ਪਾਤਸ਼ਾਹ। ਕਹਿੰਦੇ ਗੁਰਮੁਖ ਧਿਆਨ ਵਿੱਚ ਇੱਕ ਨੂੰ ਰੱਖ ਦੇ, ਆਪਣਾ ਕਦੀ ਧਿਆਨ ਲਿਜਾਓ। ਸੱਤਵੇਂ ਪਾਤਸ਼ਾਹ ਬੈਠੇ ਨੇ ਅੱਜ, ਦੀਵਾਨ ਦੀ ਸਮਾਪਤੀ ਹੋ ਗਈ, ਸੰਗਤਾਂ ਦੀਦਾਰ ਪਾ ਕੇ ਬਖਸ਼ਾਂ ਲੈ ਕੇ ਵਾਪਸ ਮੁੜ ਗਏ, ਪਰ ਹਜ਼ੂਰ ਉੱਠੇ ਨਹੀਂ। ਕੁਝ ਸਮਾਂ ਗੁਜ਼ਰਨ ਤੋਂ ਬਾਅਦ ਹਜ਼ੂਰ ਨੇ ਆਪਣੇ ਪਵਿੱਤਰ ਸਰੀਰ ਵਿੱਚ ਨੂੰ ਹਲਾਇਆ, ਉੱਠੇ। ਸਿੱਖ ਨੇ ਪੁੱਛ ਲਿਆ, ਪਾਤਸ਼ਾਹ ਦੀਵਾਨ ਦੀ ਸਮਾਪਤੀ ਹੋ ਗਈ, ਸੰਗਤਾਂ ਚਲੀਆਂ ਗਈਆਂ, ਆਪ ਜੀ ਉੱਠੇ ਕਿਉਂ ਨੇ, ਇੰਨੀ ਦੇਰ ਬੈਠੇ ਰਹੇ? ਕਹਿਣ ਲੱਗੇ ਇੱਕ ਗੁਰਮੁਖ ਨੇ ਮੇਰੇ ਪੈਰ ਹੀ ਇਹਨੇ ਘੁੱਟ ਕੇ ਪਕੜੇ ਸਨ, ਜੇ ਉਹ ਛੱਡਦਾ ਤੇ ਤਾਂ ਹੀ ਉੱਠਦਾ। ਉਹ ਗੁਰਮੁਖ ਹੈ ਭਾਈ ਗੋਇੰਦਾ, ਪਿਆਰ ਨਾਲ ਜਪਜੀ ਸਾਹਿਬ ਦਾ ਪਾਠ ਕਰਦਾ ਸੀ, ਉਹਦੇ ਧਿਆਨ ਵਿੱਚ ਗੁਰੂ ਹਰ ਰਹੇ ਸਨ, ਤੇ ਧਿਆਨ ਨੇ ਗੁਰੂ ਨੂੰ ਆਪਣੇ ਵੱਲ ਖਿੱਚ ਲਿਆ। ਗੁਰਮੁਖ ਧਿਆਨ ਵਿੱਚ ਖਿਆਲ ਵਿੱਚ, ਇੱਕ ਮੈਂ ਹੋਰ ਬੇਨਤੀ ਕਰਾਂ, ਜਿਹੜੀ ਚੀਜ਼ ਬਹੁਤ ਹੀ ਖਿਆਲ ਵਿੱਚ ਰਹਿਣ ਲੱਗ ਪਏ,
आउन वाले समय विच उस दा प्रभाव पैना शुरू हो जाता है। जे ख्याल विच मेरे गुरु है, ख्याल विच नाम है, ख्याल विच सेवा है, मेरा भविख सुनहरी रहे होगा। जे मेरे ख्याल विच मैल है, हर वेले रहिंदी है, ते ख्याल करियो फिर भविख नूं उजला करन दी भी आस नहीं कीती जा सकदी। कहिंदे ने ना भाई ਇਹ ਅਗਲਾ ਸਮਾਂ ਦੱਸ ਦਿੰਦਾ, ਇਹ ਬੰਦਾ ਬੜਾ ਸਿਆਣਾ ਹੈ, ਜੋਤਸ਼ੀ ਅਗਲਾ ਆਉਣ ਵਾਲਾ ਟਾਈਮ ਦੱਸ ਦਿੰਦਾ। ਮੈਂ ਕਹਿੰਦਾ ਆਉਣ ਵਾਲਾ ਸਮਾਂ ਤੇ ਸਾਡਾ ਮਨ ਹੀ ਦੱਸਦਾ ਹੈਗਾ, ਰੋਜ਼ ਹੀ ਦੱਸਦਾ ਪਿਆ। ਜੇ ਖਿਆਲ ਮਾੜੇ ਨੇ ਤੇ ਆਉਣ ਵਾਲਾ ਸਮਾਂ ਕਿਹੜਾ ਚੰਗਾ ਹੋਵੇਗਾ। ਜੇ ਅੱਜ ਖਿਆਲ ਗੁਰੂ ਦੇ ਚਰਨਾਂ ਵਿੱਚ ਜੁੜਨ ਵਾਲੇ ਨੇ, ਇੱਛਾ ਨਾਮ ਵਿੱਚ ਜੁੜਨ ਦੀ, ਪਿਆਰ ਵਿੱਚ ਜੁੜਨ ਦੀ, ਬਾਣੀ ਵਿੱਚ ਜੁੜਨ ਦੀ, ਆਉਣ ਵਾਲਾ ਸਮਾਂ ਸੁਨਹਿਰੀ ਹੋਏਗਾ। ਸੱਚ ਹੈ ਗੁਰੂ ਤੇ ਕਹਿੰਦੇ ਨੇ ਜਦੋਂ ਸਰੀਰ ਛੱਡ ਕੇ ਵੀ ਜਾਏਗਾ, ਆਉਣ ਵਾਲੇ ਸਮੇਂ ਤੋਂ ਅਗਲਾ ਸਮਾਂ ਵੀ ਜਿਹੜਾ ਹੈ ਉਹ ਵੀ ਸੁਨਹਿਰੀ ਹੋਵੇਗਾ।